ਫਾਜ਼ਿਲਕਾ ਦੇ ਵਿੱਚ ਸਫਾਈ ਸੇਵਕ ਯੂਨੀਅਨ ਨੇ ਰਾਜਸਥਾਨ ਦੇ ਜਲੋਰ ਦੇ ਵਿੱਚ ਇੰਦਰ ਮੇਗਵਾਲ ਦੀ ਹੱਤਿਆ ਦੇ ਵਿਰੋਧ ਦੇ ਵਿੱਚ ਕੱਢਿਆ ਰੋਸ ਮਾਰਚ ਕੀਤਾ ਗਿਆ ਪ੍ਰਦਰਸ਼ਨ ਫਾਜ਼ਿਲਕਾ ਦੇ ਵਿੱਚ ਸਫਾਈ ਸੇਵਕ ਯੂਨੀਅਨ ਵੱਲੋਂ ਅੱਜ ਨਗਰ ਕੌਂਸਲ ਤੋਂ ਇੱਕ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਰਾਜਸਥਾਨ ਦੇ ਜਲੋਰ ਦੇ ਵਿੱਚ ਇੰਦਰ ਮੇਗਵਾਲ ਦੀ ਹੱਤਿਆ ਦੇ ਵਿਰੋਧ ਦੇ ਵਿੱਚ ਕੱਢਿਆ ਗਿਆ ਜਿਸ ਦੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਭਾਗ ਲਿੱਤਾ ਗਿਆ ਤੇ ਜਮ ਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਆਗੂ ਫਤਿਹ ਚੰਦ ਬੋਧ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਤੋਂ ਇਹ ਰੋਸ ਮਾਰਚ ਕੱਢਿਆ ਗਿਆ ਤੇ ਫਾਜ਼ਿਲਕਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾ ਕੇ ਇੰਦਰ ਮੇਗਵਾਲ ਦੀ ਹੱਤਿਆ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਰਾਜਸਥਾਨ ਦੇ ਜਲੋਰ ਦੇ ਵਿੱਚ ਹੋਈ ਘਟਨਾ ਬੇਹੱਦ ਸ਼ਰਮਨਾਕ ਹੈ ਅਤੇ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਜਿਹੜਾ ਪਿੱਛੇ ਰਾਜਸਥਾਨ 'ਚ ਦਲਿਤ ਸਮਾਜ ਦੇ ਬੱਚੇ ਨੂੰ ਇੱਕ ਮਾਸਟਰ ਨੇ ਬੜੀ ਬੇਰਹਿਮੀ ਨਾਲ ਮਾਰਿਆ ਉਸ ਦੇ ਘੜੇ ਦੇ ਹੱਥ ਲਾਉਣ ਦੇ ਲਈ ਸਿਰਫ ਇੱਕ ਹੱਥ ਲਾਉਣ ਦੀ ਗਲਤੀ ਉਸ ਬੱਚੇ ਨੇ ਕੀਤੀ ਹੈ ਅਤੇ ਉਸ ਤੋਂ ਬਾਅਦ ਇੰਨਾ ਕੁ ਕੁੱਟਿਆ ਤਾਂ ਉਸਨੇ ਮਾਰ ਮਾਰ ਕੇ ਉਸਦੀ ਮੌਤ ਹੀ ਲਿਆਤੀ ਬੜੀ ਬੇਰਹਿਮੀ ਨਾਲ ਮਾਰਿਆ ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਅੱਜ ਇੱਕ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਅਸੀਂ ਇਹ ਚੇਤਾਵਨੀ ਦੇ ਰਹੇ ਹਾਂ ਗਹਿਲੋਤ ਸਰਕਾਰ ਨੂੰ ਜੇਕਰ ਉਸ ਮਾਸਟਰ ਨੂੰ ਸਲਾਕਾ ਦੇ ਪਿੱਛੇ ਨਾ ਕੀਤਾ ਗਿਆ ਤਾਂ ਅਸੀਂ ਇਸਦਾ ਅੰਦੋਲਨ ਤੇਜ਼ ਕਰਾਂਗੇ ਪੂਰਾ ਸਮਾਜ ਪੂਰਾ ਜਿਹੜਾ ਦਲਿਤ ਸਮਾਜ ਹੈ ਸਾਰਾ ਹੀ ਸੜਕਾਂ 'ਤੇ ਆ ਜਾਏਗਾ ਜਿਵੇਂ ਕਿ 2 ਅਪ੍ਰੈਲ ਨੂੰ ਪਿੱਛੇ ਆਇਆ ਸੀ ਉਸ ਗੰਦੇ ਮਾਸਟਰ ਨੂੰ ਇਹ ਦੱਸ ਦੇਣਾ ਚਾਹੁੰਦਾ ਮੈਂ ਕਿ ਇਹ ਦਲਿਤ ਸਮਾਜ ਜਦੋਂ ਇਕੱਠਾ ਹੋ ਜਾਂਦਾ ਹੈ ਤਾਂ ਚੰਗੇ ਚੰਗਿਆਂ ਦੀ ਬੀਨ ਵਜਾ ਦਿੰਦਾ ਹੈ ਅੱਜ ਨਗਰ ਕੌਂਸਲ ਸਫਾਈ ਸੇਵਕ ਯੂਨੀਅਨ ਫਾਜ਼ਿਲਕਾ ਸ਼ਾਖਾ ਵੱਲੋਂ ਇਹ ਜਿਹੜਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਸਾਡੇ ਨਜ਼ਦੀਕ ਲੱਗਦੇ ਰਾਜਸਥਾਨ ਸਟੇਟ ਜ਼ਿਲ੍ਹਾ ਜਲੋਰ ਦੇ ਵਿੱਚ ਸੁਰੇਂਦਰ ਗਾਂਵ 'ਚ ਇੱਕ ਬੱਚਾ ਸੀਗਾ ਇੱਕ ਪ੍ਰਾਈਵੇਟ ਸਕੂਲ ਸੀਗਾ ਉੱਥੇ ਇੱਕ ਟੀਚਰ ਨੇ ਜੋ ਬੱਚੇ ਨੂੰ ਮਾਰ ਮਾਰ ਕੇ ਇੱਕ ਪਾਣੀ ਪੀਣ 'ਤੇ ਸਿਰਫ ਉਹਦਾ ਬੁਰਾ ਹਾਲ ਕਰਤਾ ਅਤੇ ਉਹ ਹਸਪਤਾਲ 'ਚ ਲਿਜਾਣ ਦੌਰਾਨ ਉੱਥੇ ਉਹਦੀ ਮੌਤ ਹੋ ਗਈ ਤਾਂ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਨੇ ਆ ਕਿ ਐਮਏਐਸ ਦਾ 302 ਦਾ ਪਰਚਾ ਦਰਜ ਹੋਵੇ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਅਤੇ ਉਹਦੇ ਪਰਿਵਾਰ ਨੂੰ ਜਿਹੜਾ ਮਿਲਦਾ ਹੱਕ ਹੈ ਉਹ ਦਿੱਤਾ ਜਾਵੇ ਰਾਜਸਥਾਨ ਦਾ ਇੱਕ ਜ਼ਿਲ੍ਹਾ ਜਲੋਰ ਜ਼ਿਲ੍ਹਾ ਹੈ ਉਸ ਜ਼ਿਲ੍ਹੇ ਦੇ ਵਿੱਚ ਛੇਲ ਸਿੰਘ ਛਤਰਪਤੀ ਇੱਕ ਰਾਜਪੂਤ ਟੀਚਰ ਸੀਗਾ ਅਤੇ ਬੱਚੇ ਦਾ ਇੱਕ ਇੰਨਾ ਗੁਨਾਹ ਸੀ ਵੀ ਉਹਨੇ ਘੜੇ ਦੇ ਪਾਣੀ ਨੂੰ ਹੱਥ ਲਾਇਆ ਘੜੇ ਦੇ ਪਾਣੀ ਨੂੰ ਹੱਥ ਲਾਉਣ ਦੇ ਇੰਨੀ ਬੇਰਹਿਮੀ ਨਾਲ ਬੱਚੇ ਨੂੰ ਕੁੱਟਿਆ ਕਿ ਉਹ ਬੱਚੇ ਆਪਣੀ ਮਾਂ ਨੂੰ ਪੁਕਾਰਦੇ ਰਿਹਾ ਪਿਓ ਨੂੰ ਪੁਕਾਰਦੇ ਰਿਹਾ ਪਾਪਾ ਪਾਪਾ ਕਰਦਾ ਰਿਹਾ ਮੰਮਾ ਮੰਮਾ ਕਰਦਾ ਲੇਕਿਨ ਕਿਸੇ ਵੀ ਇੱਕ ਸਟੂਡੈਂਟ ਨੇ ਉਹਦੀ ਗੱਲ ਨਹੀਂ ਸੁਣੀ ਨਾ ਹੀ ਕਿਸੇ ਟੀਚਰ ਨੇ ਆ ਕੇ ਉਹਦੀ ਗੱਲ ਸੁਣੀ ਅਤੇ ਟੀਚਰ ਨੇ ਉਹ ਮੁੱਕੇ ਨਾਲ ਮਾਰ ਮਾਰ ਕੇ ਬੱਚੇ ਦੀ ਜਾਨ ਕੱਢਤੀ ਇਹੋ ਜਿਹੀ ਬੇਰਹਿਮੀ ਨਾਲ ਮਾਰਿਆ ਬੱਚਾ ਇਸ ਇਹੋ ਜਿਹੇ ਟੀਚਰ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ ਵੀ ਉਹਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।